ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਵੇਲੇ ਸੰਗਤਾਂ ਦਾ ਸਮੁੰਦਰ ਉਮੜਿਆ ਹੋਇਆ ਹੈ। ਇੱਕ ਪਾਸੇ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ 'ਚ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਰਹੇ ਹਨ, ਉੱਥੇ ਹੀ ਸ਼੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਣ ਵਾਲੇ ਮਾਰਗ 'ਤੇ ਲਗਾਏ ਗਏ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸੇਵਾ ਭਾਵਨਾ ਦੀ ਆਸਥਾ ਨਾਲ ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੰਗਤਾਂ ਲਈ ਸ਼ਰਧਾਲੂਆਂ ਵੱਲੋਂ ਸਵਾਦੀ ਪਕਵਾਨ ਬਣਾਏ ਜਾ ਰਹੇ ਹਨ, ਜਿਨ੍ਹਾਂ 'ਚ ਪੀਜ਼ਾ, ਬਰਗਰ, ਆਈਸਕ੍ਰੀਮ, ਦੁੱਧ, ਜਲੇਬੀ, ਸ਼ਾਹੀ ਪਨੀਰ, ਪਾਲਕ ਪਨੀਰ, ਮਿਕਸ ਵੈਜ ਅਤੇ ਹੋਰ ਵੀ ਵੱਖ ਵੱਖ ਤਰ੍ਹਾਂ ਦੇ 60 ਦੇ ਕਰੀਬ ਪਕਵਾਨ ਬਣਾਏ ਜਾਂਦੇ ਹਨ। ਇਲਾਕੇ ਦੀ ਸੰਗਤ ਲੰਗਰ ਪਕਾਉਣ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਜੇਕਰ ਲੰਗਰ 'ਚ ਸੇਵਾ ਕਰਨ ਵਾਲੇ ਹੁਸਨ ਸਿੰਘ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਲੰਗਰ ਦੀ ਸੇਵਾ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਹੋਲਾ ਮਹੱਲਾ 21 ਮਾਰਚ ਤੱਕ ਚੱਲਣਾ ਹੈ, ਜਿਸ ਕਰਕੇ ਸੰਗਤਾਂ ਲਈ ਥਾਂ ਥਾਂ 'ਤੇ ਲੰਗਰਾਂ ਦੇ ਪ੍ਰਬੰਧ ਹੋ ਰਹੇ ਹਨ। ਜੀ ਪਕਵਾਨ ਜਿਹੜੇ ਬਣਾਏ ਜਾਂਦੇ ਜੀ, ਪੰਜਾਬੀ ਮੰਡਾ ਜੀ, ਖੀਰ ਜੀ, ਦਾਲ ਕੜੀ ਅਤੇ ਮਟਰ ਪਨੀਰ ਜੀ, ਅਤੇ ਮੰਡੇ ਸਬਜ਼ੀਆਂ ਸਾਰੀਆਂ ਵਧੀਆ ਬਣਾ ਕੇ ਜੀ, ਜਿਹੜੇ ਹੋਲੇ ਮੇਲੇ 'ਤੇ ਸੰਗਤਾਂ ਆਉਂਦੀਆਂ ਅਤੇ ਉਹਨਾਂ ਨੂੰ ਛਕਾਉਣ ਵਾਸਤੇ ਆਪਾਂ ਹਰ ਸਾਲ ਦੀ ਤਰ੍ਹਾਂ 15-20 ਸਾਲ ਤੋਂ ਆਪਣੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜਿਹੜੇ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਆ, ਉਹਨਾਂ ਦੀ ਯਾਦ ਦੇ ਵਿੱਚ ਹੋਲੇ ਮਹੱਲਾ ਸੰਗਤਾਂ ਬਾਹਰ 'ਤੇ ਮਨਾਉਂਦੇ ਹਾਂ। ਅਸੀਂ ਹਰ ਸਾਲ ਇਸੇ ਤਰ੍ਹਾਂ ਲੰਗਰ ਲਾਉਂਦੇ ਜੀ, 15-20 ਸਾਲ ਤੋਂ ਪਿੰਡ ਦੇ ਸੰਯੋਗ ਨਾਲ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ, ਮੈਡੀਕਲ ਸੁਵਿਧਾ ਸਾਰੀ ਸੁਵਿਧਾ ਅਸੀਂ ਇੱਥੇ ਪੂਰੀ ਹੈ ਜੀ, ਮੁਹੱਈਆ ਕਰਾਉਂਦੇ ਹੈ ਜੀ। ਕਿੰਨੇ ਦਿਨ ਲੱਗਦੇ? 5-6 ਦਿਨ ਲੰਗਰ ਲਾਈਦਾ ਜੀ, ਬਾਕੀ ਵਿਸਾਖੀ 'ਤੇ ਵੀ ਲੰਗਰ ਲਾਈਦਾ ਜੀ। ਇਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਜੀ, 5-6 ਦਿਨ ਜਿਹੜਾ ਲੰਗਰ ਹੈ ਇਹ ਲਗਾਇਆ ਜਾਂਦਾ ਜੀ। ਜਿਹੜੀਆਂ ਬਾਹਰੋਂ ਸੰਗਤਾਂ ਆਉਂਦੀਆਂ ਹੋਲੇ ਮਹੱਲਾ ਅਨੰਦਪੁਰ ਸਾਹਿਬ ਮਨਾਉਣ ਵਾਸਤੇ, ਉਹਨਾਂ ਨੂੰ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਂਦੀ, ਕੋਈ ਮੈਡੀਕਲ ਦੀ ਸੁਵਿਧਾ ਹੈ ਉਹ ਵੀ ਮੁਹੱਈਆ ਕਰਾਈ ਜਾਂਦੀ ਹੈ ਜੀ। ਬਾਕੀ ਜਿਹੜਾ ਹੈਗਾ ਪਿੰਡ ਅਜੋਲੀ ਵੱਲੋਂ ਵਿਸਾਖੀ 'ਤੇ ਵੀ 2 ਦਿਨ ਦਾ ਲੰਗਰ ਲਾਇਆ ਜਾਂਦਾ, ਅਤੇ ਉਹਦੇ ਉਪਰੰਤ 2 ਦਿਨ ਜਿਹੜਾ ਰਤਵਾੜਾ ਸਾਹਿਬ ਵਾਲਿਆਂ ਦਾ ਸਮਾਗਮ ਆ ਜੀ, ਉਹ ਪਿੰਡ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਜੀ। ਹੋਲੇ ਮਹੱਲੇ ਦੇ ਚੱਲਦਿਆਂ ਕੀਰਤਪੁਰ ਦੇ ਟੋਲ ਪਲਾਜ਼ਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਾਲ ਸੰਬੰਧਿਤ ਮੁਸ਼ਕਲ ਨਾ ਆਵੇ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।